ਜ਼ਿਲ੍ਹੇ ਮੋਹਾਲੀ ਦੇ ਸ਼ਹਿਰ ਕੁਰਾਲੀ ਜਿੱਥੇ ਮੇਨ ਬਾਜ਼ਾਰਾਂ ਸਬਜ਼ੀ ਮੰਡੀ ਅਤੇ ਕਈ ਥਾਵਾਂ ਉੱਤੇ ਲੋਕਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਲੋਕਾਂ ਲਈ ਸਿਰਦਰਦੀ ਮੰਨਦੇ ਜਾ ਰਹੇ ਹਨ ਅਤੇ ਪਾਰਕਿੰਗ ਦੀ ਸਮੱਸਿਆ ਵੀ ਕਾਫੀ ਗੰਭੀਰ ਹੁੰਦੀ ਜਾ ਰਹੀ ਹੈ। ਲੋਕ ਜਿੱਥੇ ਦੇਖਦੇ ਨੇ ਉੱਥੇ ਆਪਣੇ ਗੱਡੀਆਂ ਲਾ ਕੇ ਬਾਜ਼ਾਰਾਂ ਵਿੱਚ ਚੌਂਕਾਂ ਵਿੱਚ ਬਾਜ਼ਾਰ ਖਰੀਦਣ ਦੇ ਦਰਜ ਲਈ ਲੰਘ ਜਾਂਦੇ ਹਨ ਜਿਸ ਕਾਰਨ ਬਾਕੀ ਲੋਕਾਂ ਨੂੰ ਕਈ ਪਰੇਸ਼ਾਨੀਆਂ ਹੁੰਦੀਆਂ ਹਨ। ਰੇਹੜੀ ਵਾਲੇ ਸਬਜ਼ੀ ਵਾਲੇ ਸੜਕਾਂ ਦੇ ਵਿਚਕਾਰ ਹੀ ਰੇਹੜੀਆਂ ਲਾ ਕੇ ਵੇਚਦੇ ਹਨ। ਇਸ ਵਾਸਤੇ ਪ੍ਰਸ਼ਾਸਨ ਕੋਈ ਧਿਆਨ ਨਾ ਦਿੱਤੇ ਜਾਣ ਕਾਰਨ ਲੋਕਾਂ ਵਿੱਚ ਕਾਫੀ ਰੋਸ ਸੀ। ਇਸ ਸੰਬੰਧੀ ਅੱਜ ਨਗਰ ਕੌਂਸਲ ਵੱਲੋਂ ਕੀਤੀ ਕਾਰਵਾਈ ਦੌਰਾਨ ਦੁਕਾਨਾਂ ਅੱਗੇ ਪਿਆ ਸਮਾਨ ਚੁੱਕ ਲਿਆ ਅਤੇ ਨਜਾਇਜ਼ ਤੌਰ 'ਤੇ ਖੜੀਆਂ ਰੇਹੜੀਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ, ਉਹ ਤੁਹਾਨੂੰ ਸੁਣਾਉਂਦੇ ਹਾਂ। ਜਿਹੜਾ ਹੈਲਪ ਡੈਸਕ ਸ਼ਹਿਰ ਵਾਸੀਆਂ ਲਈ ਸ਼ੁਰੂ ਕੀਤਾ, ਇਹ ਬੇਸਿਕਲੀ ਸ਼ੁਰੂਆਤ ਹੈ ਲੋਕਾਂ ਦੇ ਨਾਲ ਜਿਹੜਾ ਕਿ ਇੱਥੇ ਨਗਰ ਕੌਂਸਲ ਦਫ਼ਤਰ ਆ ਕੇ ਕਈ ਵਾਰੀ ਉਹਨਾਂ ਨੂੰ ਕਈ ਪਰੇਸ਼ਾਨੀਆਂ ਆਉਂਦੀਆਂ ਸੀ। ਕੋਈ ਸ਼ਿਕਾਇਤ, ਕਈ ਛੋਟੀ ਛੋਟੀ ਚੀਜ਼ ਸੀ, ਕੋਈ ਫਾਰਮ ਭਰਨਾ ਹੈ, ਕਈ ਵਾਰੀ ਸ਼ਹਿਰ ਵਾਸੀਆਂ ਨੂੰ ਨਹੀਂ ਪਤਾ ਲੱਗਦਾ ਸੀ। ਉਹ ਇਸ ਕਰਕੇ ਕੀਤਾ ਤਾਂ ਕਿ ਇੱਕ ਜਗ੍ਹਾ 'ਤੇ ਜਦੋਂ ਨਾ ਸਮਝ ਆਉਂਦੀ ਹੋਈ ਆਫਿਸ ਤਾਂ ਹੈਲਪ ਡੈਸਕ ਤੋਂ ਸੂਚਨਾ ਲੈ ਸਕਦੇ ਹੈ ਕਿ ਇਹ ਕੰਮ ਅਸੀਂ ਕਿਸ ਟੇਬਲ ਤੋਂ ਜਾ ਕੇ ਕਰਵਾਉਣਾ ਹੈ। ਜੇ ਕੋਈ ਸ਼ਿਕਾਇਤ ਹੈ ਤਾਂ ਉਸੇ ਜਗ੍ਹਾ 'ਤੇ ਦਰਜ ਕਰਾਈ ਜਾਵੇ ਅਤੇ ਸ਼ਾਮ ਨੂੰ ਮੈਂ ਰਿਵਿਊ ਕਰਦਾ ਤਾਂ ਕਿ ਉਹ ਟਾਈਮ ਸਿਰ ਸ਼ਹਿਰ ਵਾਸੀਆਂ ਲਈ ਕਲੀਅਰ ਕੀਤੀ ਜਾਵੇ। ਸਾਡਾ ਲੈਂਡਲਾਈਨ ਨੰਬਰ ਹੈ ਜਿਹੜਾ ਕਿ ਅਸੀਂ ਜਾਰੀ ਕਰ ਦਿੱਤਾ ਹੈ, ਅਤੇ ਲੈਂਡਲਾਈਨ ਨੰਬਰ ਹੈ ਅਸੀਂ ਅਖਬਾਰ ਦੇ ਵਿੱਚ ਉਹ ਦਿੱਤਾ ਸੀਗਾ ਸਾਰੇ ਸ਼ਹਿਰ ਵਾਸੀਆਂ ਲਈ। ਸਾਡੇ ਦਫ਼ਤਰ ਦਾ ਜਿਹੜਾ ਲੈਂਡਲਾਈਨ ਨੰਬਰ ਹੈ ਉੱਥੇ ਲਗਾ ਦਿੱਤਾ ਗਿਆ, ਤੁਸੀਂ ਦਿਨ ਦੇ ਟਾਈਮ ਕਿਸੇ ਟਾਈਮ ਵੀ ਉੱਥੇ ਫੋਨ 'ਤੇ ਵੀ ਕੰਪਲੇਂਟ ਕਰਾ ਸਕਦੇ ਹੋ। ਕਿੰਨੀ ਦੇਰ 'ਚ ਜਿਹੜਾ ਸਮੱਸਿਆ ਦਾ ਹੱਲ ਕੀਤਾ ਜਾਂਦਾ ਹੈ? ਜਿੰਨੀ ਵੀ ਜਲਦੀ ਹੋ ਸਕਦਾ ਜੀ, ਤਾਂ ਕਿ ਇਹ ਕਿ ਲੋਕਾਂ ਦੀ ਸਮੱਸਿਆ ਸਿੱਧੀ ਮੇਰੇ ਤੱਕ ਪਹੁੰਚ ਸਕੇ। ਕਈ ਵਾਰ ਕੀ ਹੁੰਦਾ ਕਿ ਕੋਈ ਚਿੱਠੀ ਪੱਤਰ ਹੈ ਨਹੀਂ ਪਹੁੰਚਦਾ ਤਾਂ ਉਹਨੂੰ ਰੋਜ਼ ਸ਼ਾਮ ਨੂੰ ਰਜਿਸਟਰ ਨੂੰ ਰਿਵਿਊ ਕੀਤਾ ਜਾਂਦਾ ਹੈ ਕਿ ਕੋਈ ਐਮਰਜੈਂਟ ਨੇਚਰ ਦੀ ਹੈ ਤਾਂ ਉਹਨੂੰ ਨਾਲੋਂ ਨਾਲ ਕਲੀਅਰ ਕਰ ਦਿੱਤਾ ਜਾਵੇ। ਇਸ ਸੰਬੰਧੀ ਅਸੀਂ ਕਾਰਵਾਈ ਸ਼ੁਰੂ ਕਰ ਰਹੇ ਹਾਂ ਜੀ। ਅਸੀਂ ਉਹਨਾਂ ਨੂੰ ਸਾਰੇ ਪਾਸੇ ਕਹਿ ਦਿੱਤਾ ਕਿ ਹਫ਼ਤੇ ਦੇ ਵਿੱਚ ਵੀ ਤੁਸੀਂ ਆਪਣੀ ਐਡਜਸਟਮੈਂਟ ਕਰ ਲਓ, ਤਾਂ ਕਿ ਉਸ ਤੋਂ ਬਾਅਦ ਦਫ਼ਤਰ ਵੱਲੋਂ ਕਾਰਵਾਈ ਕੀਤੀ ਜਾਏਗੀ। ਪਹਿਲਾਂ ਉਹਨਾਂ ਦਾ ਪਿੱਛੇ ਕਰਾਇਆ ਜਾਏਗਾ, ਜੇ ਨਹੀਂ ਕਰਦੇ ਤਾਂ ਸਮਾਨ ਚੱਕ ਕੇ ਨਗਰ ਕੌਂਸਲ ਵਿੱਚ ਬਾਉਂਡ ਕੀਤਾ ਜਾਏਗਾ ਤਾਂ ਕਿ ਲੋਕਾਂ ਨੂੰ ਜਿਹੜੀ ਆਉਣ ਜਾਣ ਦੀ ਸਮੱਸਿਆ ਪਾਰਕਿੰਗ ਦੀ ਉਹ ਨਾ ਹੋ ਸਕੇ। ਜਿੱਥੋਂ ਤੱਕ ਇਹ ਮੈਨੂੰ ਪੁਰਾਣਾ ਇਸ ਦਾ ਪਤਾ, ਲੇਟੈਸਟ ਤਾਂ ਮੇਰੀ ਇਸ ਬਾਰੇ ਕੋਈ ਗੱਲ ਨਹੀਂ, ਉਹ ਵਾਲੀ ਜਗ੍ਹਾ ਜਿਹੜੀ ਉਹ ਸਟਰੀਟ ਵੈਂਡਿੰਗ ਯੂਨਿਟ ਵਾਸਤੇ ਉਸ ਵਕਤ ਫਾਈਨਲ ਕੀਤੀ ਗਈ ਸੀ, ਉਹਦਾ ਲੇਟੈਸਟ ਸਟੇਟਸ ਕੀ ਹੈ ਇੰਨੇ ਸਾਲ ਬਾਅਦ ਉਹ ਮੈਨੂੰ ਕਲੀਅਰ ਕਰਨਾ ਪਏਗਾ। ਪਰ ਉਹ ਬੇਸਿਕਲੀ ਕਾਰ ਪਾਰਕਿੰਗ ਜਾਂ ਕੋਈ ਟੈਕਸੀ ਸਰਵਿਸ ਵਾਸਤੇ ਉਹ ਜਗ੍ਹਾ ਨਹੀਂ ਹੈ, ਅਤੇ ਜੇ ਉਹ ਕੋਈ ਸਟਰੀਟ ਵੈਂਡਿੰਗ ਦਾ ਪ੍ਰੋਜੈਕਟ ਉਹਦਾ ਫਾਈਨਲ ਨਹੀਂ ਹੋਇਆ ਤਾਂ ਉਹ ਦੁਬਾਰਾ ਪਾਰਕਿੰਗ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਉਹਨੂੰ ਸਰਕਾਰ ਦੇ ਹਦਾਇਤਾਂ ਨਾਲ ਕਲੀਅਰ ਕਰਨਾ ਪਏਗਾ। ਉਹਦਾ ਸਟੇਟਸ ਸ਼ਾਇਦ ਕੋਈ ਲੀਗਲ ਵਿਊ ਹੈ, ਉਹ ਆਪਣੇ ਇਸ ਇਹਦੇ ਬਾਰੇ ਕਲੀਅਰ ਕਰਨਾ ਪਏਗਾ। ਲੀਗਲੀ ਉਹਦੇ 'ਚ ਕੋਈ ਇਸ਼ੂਸ ਤਾਂ ਨਹੀਂ ਹੈ, ਪਰ ਉੱਥੇ ਜਿਹੜਾ ਅਦਰਵਾਈਜ਼ ਸਮੱਸਿਆ ਆਉਂਦੀ ਹੈ ਲੋਕਾਂ ਦੀ, ਦੁਕਾਨਾਂ ਅੱਗੇ ਲਾਈਆਂ ਹੋਈਆਂ ਜਾਂ ਕੁਛ, ਉਹਨਾਂ ਨੂੰ ਜ਼ਰੂਰ ਹਟਾ ਕੇ ਸੀ ਤਾਂ ਕਿ ਲੋਕਾਂ ਦੀ ਆਵਾਜਾਈ ਈਜ਼ੀ ਕਰ ਸਕੀਏ। ਨਜਾਇਜ਼ ਕਲੋਨੀਆਂ ਦਾ ਇਸ਼ੂ ਬਹੁਤ ਵੱਡਾ ਪੰਜਾਬ 'ਚ, ਔਰ ਉਹਦੇ ਬਾਰੇ ਸਰਕਾਰ ਵੀ ਬਹੁਤ ਜ਼ਿਆਦਾ ਸੁਹਿਰਦ ਹੈ ਕਿ ਇਹਨੂੰ ਕਲੀਅਰ ਕੀਤਾ ਜਾਵੇ, ਕਿਉਂਕਿ ਸਾਡੇ ਨਜਾਇਜ਼ ਕਲੋਨੀਆਂ ਵਾਲੇ ਬਕਾਏ ਬਹੁਤ ਰਹਿੰਦੇ ਨੇ, ਨਗਰ ਕੌਂਸਲ ਦਾ ਬਹੁਤ ਨੁਕਸਾਨ ਹੋ ਰਿਹਾ। ਉਹਦੇ ਸੰਬੰਧੀ ਅਸੀਂ ਲੇਟੈਸਟ, ਮੈਂ ਅੱਜ ਦੀ ਡੇਟ ਦੇ ਵਿੱਚ ਵੀ ਉਹਨਾਂ ਸਾਰਿਆਂ ਨੂੰ ਨੋਟਿਸ, ਉਹਨਾਂ ਦੀ ਡਿਟੇਲ ਕਿ ਕਦ ਹੋਂਦ ਚਾਹੀ ਸੀ, ਉਹਨਾਂ ਦੀ ਪ੍ਰੋਪਰ ਅਸੀਂ ਪਰਫੋਰਮਾ ਬਣਾ ਕੇ ਤੁਸੀਂ ਦਫ਼ਤਰ ਤੋਂ ਲੈ ਵੀ ਸਕਦੇ ਹੋ। ਸਾਰੇ ਕਲੋਨੀਕਾਰਾਂ ਨੂੰ ਅਸੀਂ ਦੇ ਦਿੱਤਾ, ਜਿਹੜੇ ਅਣਅਧਿਕਾਰਤ ਹੈ, ਜਿਹੜੇ ਤੁਸੀਂ ਪੈਸੇ ਬਾਕੀ ਰਹਿੰਦੇ ਹੈ, ਤੁਸੀਂ ਕਦੋਂ ਕਰਾਏ ਸੀ, ਕਿੰਨੀ ਜਗ੍ਹਾ ਸੀ, ਡਿਟੇਲ ਲੈ ਰਹੇ ਹਾਂ ਤਾਂ ਕਿ ਅਸੀਂ ਉਸ ਹਿਸਾਬ ਨਾਲ ਅਗਲੀ ਕਾਰਵਾਈ ਕਰ ਸਕੀਏ। ਦੇਖੋ, ਮੈਨੂੰ ਬਾਏ ਨੇਮ ਮੈਂ ਨਹੀਂ ਦੱਸ ਸਕਦਾ, ਜਿੱਦਾਂ ਅਸੀਂ ਕਲੋਨੀਕਾਰ ਦੇ ਤੌਰ 'ਤੇ ਕਲੋਨੀ 'ਚ ਜਿੰਨੇ ਵੀ ਪਾਰਟਨਰ ਹੈ ਅਸੀਂ ਉਹਨਾਂ ਨੂੰ ਨੋਟਿਸ ਕਰ ਦਿੱਤਾ। ਫਿਲਹਾਲ ਦੇ ਟਾਈਮ ਅਸੀਂ ਉਹਨਾਂ ਦੀ NOCs ਨੂੰ ਰੋਕ ਦਿੱਤਾ, ਅਤੇ ਆਪਾਂ ਸਾਰੇ ਜਾਣਦੇ ਹਾਂ ਕਿ ਸਰਕਾਰ ਦੀ ਇੰਸਟਰਕਸ਼ਨਾਂ ਤੋਂ ਬਾਅਦ NOC ਤੋਂ ਬਿਨਾਂ ਤਹਿਸੀਲਦਾਰ ਵੱਲੋਂ ਰਜਿਸਟਰੀ ਨਹੀਂ ਕੀਤੀ ਜਾਂਦੀ। ਜਦੋਂ ਅਸੀਂ NOC ਰੋਕਾਂਗੇ ਤਾਂ ਆਟੋਮੈਟਿਕਲੀ ਉਹ ਪੈਸੇ ਜਮ੍ਹਾਂ ਕਰਾਉਣਗੇ, ਉਹਨੂੰ ਰੈਗੂਲਰਾਈਜ਼ ਕਰਾਉਣਗੇ, ਉਹਦੇ ਨਾਲ ਆਮ ਪਬਲਿਕ ਨੂੰ ਫਾਇਦਾ ਹੋਏਗਾ ਤਾਂ ਕਿ ਫੈਸਿਲਿਟੀਜ਼ ਉੱਥੇ ਮਿਲ ਸਕਣਗੇ। ਇਹਦੇ ਵਾਸਤੇ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਜੀ ਸਾਰਿਆਂ ਨੂੰ। ਵੀ ਹੈਵ ਸਟਾਰਟਡ ਵਿਦ ਆ ਨੋਟਿਸਿਸ, ਸਰਕਾਰੀ ਡਿਪਾਰਟਮੈਂਟਸ ਤੋਂ ਲੈ ਕੇ ਪ੍ਰਾਈਵੇਟ ਵੀ, ਕਮਰਸ਼ੀਅਲ ਵੀ, ਔਰ ਜੇ ਉਹ ਮਿੱਥੇ ਸਮੇਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਰੂਲਾਂ ਦੇ ਅਨੁਸਾਰ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ, ਭਾਵੇਂ ਉਹਨਾਂ ਨੂੰ ਅਸੀਂ ਲਾਈਕ ਬੰਦ ਕਰਨਾ ਪਵੇ, ਉਹਨਾਂ ਨੂੰ ਸੀਲ ਕਰਨਾ ਪਵੇ। ਵਿਲ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਹੈ। ਮੈਂ ਤਾਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਣਾ ਟੈਕਸ ਜਮ੍ਹਾਂ ਕਰਾਓ, ਇਹ ਪਬਲਿਕ ਦੇ ਉੱਤੇ ਹੀ ਖਰਚਾ ਕੀਤਾ ਜਾਣਾ ਸਾਰਾ। ਮੈਂ ਜਗਵੰਤ ਟੀਵੀ ਲਈ ਹਰੀਸ਼ ਬਠਲਾ ਕੁਰਾਲੀ।